ਕੋਈ ਲੈਣ ਆਵੇ ਤੇ ਤੁਸੀਂ ਕਿੰਨੇ ਕੁ ਦਾ ਸੇਲ ਕਰਦੇ? ਇਹ ਕਰ ਦਾਂਗੇ 1.5 ਲੱਖ ਦਾ। ਇਹ ਵਾਲਾ ਤੈਨੂੰ ਖਵਾਉਂਦੇ ਕੁਛ ਨਹੀਂ, ਹੱਡੀਆਂ ਨਜ਼ਰ ਆ ਰਹੀ ਵੀ ਤੇ ਫਿਰ ਉਸ ਹਿਸਾਬ ਨਾਲ ਹੈਗੇ ਖਿਦਮਤ ਵੀ ਤੁਸੀਂ ਕਰ ਰਹੇ ਜੀ, ਲੇਕਿਨ ਗਰਮੀ ਬਹੁਤ ਜ਼ਿਆਦਾ, ਗਰਮੀ ਬਹੁਤ ਜ਼ਿਆਦਾ, ਗਰਮੀ ਦੀ ਵਜ੍ਹਾ ਤੋਂ ਘੱਟ ਹੁੰਦੀ ਹੈ। ਠੀਕ ਹੈ ਯਾਰ, ਅਤੇ ਬਾਕੀ ਮਾਸ਼ਾਅੱਲਾ ਕਿੰਨੀਆਂ ਕੁ ਆਪਣੇ ਕੋਲ ਐਵੇਂ ਜਾਣ? ਇਸ ਟਾਈਮ ਸਾਡੇ ਕੋਲ 40 ਹੈ ਜੀ, ਗਾਵਾਂ ਮੱਝਾਂ ਪਾ ਕੇ ਨਾ, 11 ਗਾਵਾਂ ਵਾ, ਬਾਕੀ ਮੱਝਾਂ ਵਾ ਲੱਗਦੀਆਂ। ਬਾਜ਼ੀ ਲੱਗਦੀ? ਅੱਛਾ, ਅਤੇ ਬਾਜ਼ੀ ਕਿੰਨੀਆਂ ਕੁ ਤੁਸੀਂ ਜਿੱਤੇ ਹੋ? ਅਲਹਮਦੁਲਿਲਾ ਜਿੰਨੀਆਂ ਅੱਜ ਤੱਕ ਲੱਗੀਆਂ ਜਿੱਤੇ ਹੀ ਆ। ਅਤੇ ਕਿੰਨੀਆਂ ਇੱਕ ਦੋ ਖੇਲੀਆਂ? ਨਹੀਂ। ਅਸਲਾਮ ਵਾਲੇਕੁਮ ਮੌਜੂਦ ਨਾਜ਼ਰੀ, ਮੈਂ ਤੁਹਾਡਾ ਦੋਸਤ ਜ਼ਿਆਕਤ ਅਲੀ ਡਾਰ ਸਪੋਰਟ ਚੈਨਲ ਤੋਂ, ਅਤੇ ਅੱਜ ਅਸੀਂ ਆਏ ਹਾਂ 52 ਵਾਲੀ ਬੱਤੀ 232, ਅਤੇ ਅਸੀਂ ਆਏ ਹਾਂ ਡੋਗਰਾ ਦੇ ਡੇਰੇ ਦੇ, ਅਤੇ ਅਸੀਂ ਤੁਹਾਡੀ ਮੁਲਾਕਾਤ ਕਰਨਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਨਾਮ ਜੀ? ਮੌਜ਼ਮ ਅਲੀ। ਮੌਜ਼ਮ ਭਾਈ, ਅੱਛਾ ਮੌਜ਼ਮ ਭਾਈ, ਅਤੇ ਤੁਹਾਡਾ ਭੈਣ ਕੀ ਨਾਮ ਹੈ? ਨਦੀਮ। ਨਦੀਮ, ਅਤੇ ਤੁਸੀਂ ਵੀ ਡੋਗੇ ਜੀ? ਨਹੀਂ, ਅਸੀਂ ਗੁੱਜਰ ਹਾਂ। ਅਸੀਂ ਤੁਸੀਂ ਮਾਸ਼ਾਅੱਲਾ ਗੁੱਜਰ ਹੋ, ਅਤੇ ਤੁਸੀਂ ਮੱਝਾਂ ਚੋਂਦੇ ਹੋ ਪਿੱਛੇ? ਨਹੀਂ ਜੀ, ਮੇਰਾ ਪਿੱਛੇ ਤੇਲ ਦਾ ਕੰਮ, ਪੈਟਰੋਲ ਦਾ। ਪੈਟਰੋਲ ਦਾ ਕੰਮ, ਅਤੇ ਤੁਸੀਂ ਦੁੱਧ ਲੈਣ ਆਏ? ਮੈਂ ਦੁੱਧ ਲੈਣਾ ਹੈ। ਅੱਛਾ, ਦੁੱਧ ਲੈਣਾ, ਅਤੇ ਡੋਗਰ ਭਾਈ ਸਾਨੂੰ ਵਿਜ਼ਿਟ ਹੀ ਕਰਵਾਓ ਤੁਸੀਂ ਆਪਣੇ ਡੇਰੇ ਦਾ। ਜੀ, ਜ਼ਰੂਰ ਆਓ ਜੀ। ਚਲੋ ਜੀ। ਅਤੇ ਨਾਜ਼ਰੀਨ, ਤੁਸੀਂ ਦੇਖ ਲਓ ਕਿ ਡੋਗਰਾਂ ਦੇ ਸ਼ੌਕ ਕਿਹੜੇ ਕਿਹੜੇ ਆ। ਪਹਿਲੇ ਤਾਂ ਅਸੀਂ ਦਿਖਾਉਂਦੇ ਤੁਹਾਨੂੰ ਇਹਨਾਂ ਦੇ ਕਬੂਤਰਾਂ ਦਾ। ਆਓ ਜੀ, ਆਓ ਤੁਸੀਂ ਅੰਦਰ ਆਓ ਜੀ। ਅਤੇ ਨਾਜ਼ਰੀਨ ਦੇਖੋ, ਅਤੇ ਇਹ ਤੁਸੀਂ ਪਹਿਲਾਂ ਤਾਂ ਦੱਸਿਓ ਇਹ ਡੋਗਰ ਭਾਈ ਕਿ ਕਦੋਂ ਦਾ ਸ਼ੌਕ ਤੁਹਾਨੂੰ ਹੈ? ਸਾਨੂੰ ਬਚਪਨ ਤੋਂ ਸ਼ੌਕ ਹੈ ਜੀ, ਵੱਡਿਆਂ ਨੂੰ ਵੀ, ਸਾਡੇ ਵੱਡਿਆਂ ਤੋਂ ਸ਼ੁਰੂ ਹੋਇਆ ਅੱਗੇ ਸਾਨੂੰ ਆਇਆ। ਠੀਕ ਹੋ ਗਿਆ। ਅਤੇ ਜ਼ਿਆਦਾ ਕੌਣ ਹੈ ਇਹਨਾਂ ਦਾ ਖਿਆਲ ਵਗੈਰਾ ਕਰਦਾ? ਛੋਟੇ ਮਾਮੂ। ਅੱਛਾ, ਛੋਟੇ ਮਾਮੂ ਜ਼ਿਆਦਾ, ਉਹ ਐਕਸਪੀਰੀਅੰਸ ਉਹਨਾਂ ਨੂੰ। ਅਤੇ ਇਹ ਸੇਲ ਵਗੈਰਾ ਵੀ ਕਰਦੇ ਹੋ? ਨਹੀਂ, ਸੇਲ ਵਗੈਰਾ ਨਹੀਂ ਕਰਦੇ, ਬਾਜ਼ੀ ਵਗੈਰਾ ਸਾਡੀਆਂ ਲੱਗਦੀਆਂ। ਬਾਜ਼ੀ ਲੱਗਦੀ? ਬਾਜ਼ੀ ਲੱਗਦੀ। ਅੱਛਾ, ਅਤੇ ਬਾਜ਼ੀ ਕਿੰਨੀਆਂ ਕੁ ਤੁਸੀਂ ਜਿੱਤੇ ਹੋ? ਅਲਹਮਦੁਲਿਲਾ ਜਿੰਨੀਆਂ ਅੱਜ ਤੱਕ ਲੱਗੀਆਂ ਜਿੱਤੇ ਹੀ ਆ। ਅਤੇ ਕਿੰਨੀਆਂ ਇੱਕ ਦੋ ਖੇਲੀਆਂ? ਗਿਣੀਆਂ ਨਹੀਂ। ਅੱਛਾ ਜੀ, ਅਤੇ ਤੁਸੀਂ ਵੀ ਦੇਖੀਆਂ ਬਾਜ਼ੀਆਂ? ਹਾਂਜੀ, ਮੈਂ ਵੀ ਦੇਖੀਆਂ। ਕਦੀ ਜਿੱਤਦੇ ਦੇਖਿਆ? ਕਈ ਦਫ਼ਾ ਦੇਖਿਆ। ਕਿੱਥੇ ਹੋਈਆਂ ਵੀ ਇਹਨਾਂ ਦੀ? ਇੱਥੇ ਮੈਚ ਦੇ 17 ਨੂੰ ਵੀ ਦੇ ਦੇਣਾ ਬਾਜ਼ੀਆਂ, ਉੱਥੇ ਵੀ ਬੁੱਧਾ ਬਾਜ਼ਾਰ। ਹਾਂਜੀ, 17 ਕਲੋਨੀ ਵੀ, ਉੱਥੇ ਵੀ ਬਾਜ਼ੀਆਂ ਵਗੈਰਾ ਲੱਗਦੀਆਂ। ਹਾਂਜੀ, ਉੱਧਰ ਵੀ ਲੱਗਦੀਆਂ। ਠੀਕ, ਅਤੇ ਅੰਦਰ ਕੀ ਹੈ? ਅੰਦਰ ਜੇਲ੍ਹ ਹੈ ਕੀ ਹੈ? ਅੱਛਾ, ਅੰਦਰ ਵੀ ਇਹਨਾਂ ਦਾ ਤੁਸੀਂ ਰੱਖਿਆ ਹੋਇਆ? ਠੀਕ ਹੋ। ਅੱਛਾ, ਅੰਦਰ ਵੀ ਕਬੂਤਰ ਹੀ ਹੈ ਮਾਸ਼ਾਅੱਲਾ ਕਾਫੀ, ਅਤੇ ਮਾਸ਼ਾਅੱਲਾ ਬੜਾ ਸੀਲਿੰਗ ਦਾ, ਸਾਡੇ ਘਰਾਂ 'ਚ ਸੀਲਿੰਗ ਨਹੀਂ ਆ, ਤੁਸੀਂ ਕਬੂਤਰਾਂ ਨੂੰ ਸੀਲਿੰਗ ਕਰਕੇ ਦਿੱਤੀ, ਕੀ ਵਜ੍ਹਾ? ਹਾਂ, ਗੱਲ ਵੀ ਤੁਹਾਡੇ ਦੀ ਗੱਲ ਪਈ ਕਿ ਸ਼ੌਕ ਦਾ ਮੁੱਲ ਕੋਈ, ਅਤੇ ਲਾਈਟਿੰਗ ਨਹੀਂ ਅੰਦਰ ਤੁਸੀਂ ਕੋਈ? ਲਾਈਟਿੰਗ ਬਲਬ ਵਗੈਰਾ ਲਗਾਏ, ਰਾਤ ਨੂੰ ਅਸੀਂ ਚਲਾਉਣੇ ਕਿਉਂਕਿ ਦਿਨ ਨੂੰ ਸਾਰਾ ਦਿਨ ਬਾਹਰ ਰਹਿਣਾ। ਅੱਛਾ, ਤੁਸੀਂ ਇਹਨਾਂ ਦੇ ਵਿੱਚ ਨਹੀਂ ਵੈਸੇ ਤੁਸੀਂ ਰੱਖੇ ਹੋਏ? ਮੈਂ 60 ਵਾਟ ਦਾ ਲਗਾਇਆ। ਉਹ ਜਿਹੜੇ ਆ ਪੱਲੀ ਸਾਈਡ 'ਤੇ ਉਹ ਜੋੜੇ ਆ, ਸਹੀ ਸਹੀ, ਅਸੀਂ ਬੱਚੇ ਲਈਦੇ ਅੱਗੇ। ਅੱਛਾ, ਅਤੇ ਇਹ ਸਿੰਗਲ? ਅੱਜ ਇਸ ਏਰੀਏ 'ਚ ਖੜੇ ਆ ਸਾਰੇ ਬੱਚੇ ਆ ਇਹਨਾਂ ਦੇ। ਅੱਛਾ, ਇਹਨਾਂ ਦੇ ਬੱਚੇ? ਹਾਂਜੀ, ਉਹ ਉੱਡਦੇ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਅੱਗੇ ਬੱਚੇ ਲਈਦੇ ਆ, ਅਤੇ ਇਹ ਬੱਚਿਆਂ ਨੂੰ ਤਿਆਰ ਕਰੀਦਾ ਹੁੰਦਾ। ਅੱਛਾ, ਇਹਨਾਂ ਨੂੰ ਬਾਜ਼ੀ ਵਾਸਤੇ ਤੁਸੀਂ ਤਿਆਰ ਕਰਦੇ ਹੋ? ਠੀਕ ਹੋ ਗਿਆ। ਅਤੇ ਗੁਜਰ ਸਾਹਿਬ, ਤੁਸੀਂ ਦੱਸੋ ਤੁਹਾਡਾ ਵੀ ਸ਼ੌਕ ਹੈ ਵੀ ਇਹ ਚੀਜ਼ ਦਾ? ਨਹੀਂ, ਮੇਰਾ ਨਹੀਂ ਸ਼ੌਕ। ਅਤੇ ਤੁਸੀਂ ਕਿਸ ਚੀਜ਼ ਦਾ ਸ਼ੌਕ ਹੈ? ਮੈਂ ਸਿਰਫ ਕਿਸੇ ਚੀਜ਼ ਦਾ ਸ਼ੌਕ ਰੱਖਦਾ ਸੀ, ਆਪਣਾ ਕੰਮ ਨਾਲ ਕੰਮ ਰੱਖਿਆ ਤੇਲ ਦਾ ਹੀ। ਅਤੇ ਅੱਜ ਫਿਰ ਤੁਸੀਂ ਇੱਥੇ ਸਾਡੇ ਨਾਲ ਆਏ ਹੋ, ਤੁਸੀਂ ਕਿਉਂ ਵੀ? ਉਹ ਭਾਈ ਨੇ ਕਿਹਾ ਆਇਆ ਯਾਰ। ਅੱਛਾ, ਭਾਈ ਨੇ ਕਿਹਾ ਸੀ, ਸਾਡੇ ਡੋਗਰ ਭਾਈ ਨੇ ਤੁਹਾਨੂੰ ਕਿਹਾ ਕਿ ਨਹੀਂ? ਠੀਕ ਹੋ ਗਿਆ, ਅਤੇ ਆ ਜਾਓ ਫਿਰ, ਆ ਜਾਓ। ਅੱਛਾ ਜੀ, ਡੋਗਰ ਭਾਈ, ਹੁਣ ਤੁਸੀਂ ਨੀਚਿਓਂ ਵੀ ਸਾਨੂੰ ਵਿਜ਼ਿਟ ਕਰਾਓ। ਅੱਛਾ, ਅਤੇ ਡੋਗਰ ਭਾਈ ਆ ਵੀ ਆਪਣਾ ਜਰਮਨ ਸ਼ੈਫਰਡ ਨੂੰ ਕਹਿੰਦੇ ਆ? ਠੀਕ ਹੋ ਗਿਆ ਡੋਗਰ ਭਾਈ। ਅੱਛਾ, ਇਹ ਵੀ ਤੁਸੀਂ ਪਾਲਿਆ? ਹਾਂਜੀ, ਇਹ ਮੇਰਾ ਸ਼ੌਕ ਆ ਖਾਸ ਤੌਰ ਤੇ। ਠੀਕ ਹੋ ਗਿਆ, ਇਹ ਮੇਰੇ ਚਾਈਲਡਹੁੱਡ ਫਰੈਂਡ ਆ। ਅੱਛਾ ਜੀ, ਕੀ ਬਾਤ ਹੈ ਜੀ, ਤੇ ਮਾਸ਼ਾਅੱਲਾ ਹਰ ਚੀਜ਼ ਗੱਲਬਾਤ ਤੁਹਾਡੀ। ਹਾਂਜੀ, ਹਰ ਚੀਜ਼। ਠੀਕ ਹੋ ਗਿਆ ਜੀ, ਨਹੀਂ ਮੈਂ ਤਾਂ ਮੈਨਾਂ ਨਹੀਂ। ਠੀਕ ਹੋ, ਤੇ ਹੁਣ ਥੱਲੇ ਦਾ ਵੀ ਵਿਜ਼ਿਟ ਸਾਨੂੰ ਕਰਾਓ ਤੁਸੀਂ। ਤੇ ਡੋਗਰ ਭਾਈ ਆ, ਦਿਖਾਓ ਇਹ ਕਿਹਦਾ ਸ਼ੌਕ ਹੈ ਜੀ? ਡੋਗਰ ਭਾਈ, ਇਹ ਸਾਡਾ ਵੱਡੇ ਮਾਮੂ ਦਾ ਸ਼ੌਕ ਆ ਜੀ। ਵੱਡੇ ਮਾਮੂ ਦਾ, ਤੇ ਇਹ ਕੀ? ਸਾਰੇ ਸੀਲ ਮੁਰਗੀਆਂ। ਹਾਂਜੀ, ਲੜਾਈ ਵਾਲੀਆਂ। ਠੀਕ ਹੈ, ਇਹ ਮੁਕਤਲੀ ਵੀ ਨਸਲਾਂ ਵਾ ਸਾਡੇ ਕੋਲ। ਠੀਕ, ਮੁਕਤਲੀ ਬਰੀਡ ਵਗੈਰਾ ਵਾ। ਸਹੀ ਸਹੀ, ਤੇ ਤੇ ਇਧਰ ਉਹ ਕੇ ਕੀ ਕਹਿ ਲੋ ਕਿ ਉਹ ਖਾਨਦਾਨ ਤੋਂ ਕੱਟੀਆਂ ਹੀ ਆ? ਹਾਂਜੀ, ਇੱਕ ਇੱਕ ਪੇਅਰ ਬਣਾ ਕੇ ਛੱਡਿਆ, ਇਹਨਾਂ ਦੇ ਆਂਡੇ ਲੈਂਦੇ ਨੇ, ਫਿਰ ਬੱਚੇ ਕੋ ਲਈਦੇ, ਇਹਨਾਂ ਦੀ ਬੰਦੀ ਨਹੀਂ ਹੈ। ਤੇ ਗੁਜਰ ਸਾਹਿਬ, ਤੁਹਾਨੂੰ ਵੀ ਕੋਈ ਸ਼ੌਕ ਹੈ ਇਸ ਚੀਜ਼ ਦਾ? ਨਹੀਂ ਭੈਣ। ਕੀ ਵਜ੍ਹਾ ਹੈ ਤੁਹਾਨੂੰ, ਕਿਸ ਚੀਜ਼ ਦਾ ਸ਼ੌਕ ਹੈ? ਕਿਸੇ ਚੀਜ਼ ਦਾ ਸ਼ੌਕ ਨਹੀਂ ਸੀ, ਆਪਣੇ
बेटा सीगा फोत हो गया। चलो लाहौर देगा कोई नी। अच्छा वो चीज का शौक है ब्याह का तुहानूं? हां शौक है। अच्छा तो इधर भी दिखा दो जी। जोड़ा छड़िया जी। अच्छा जी अभी अच्छा इन्हें इलाका बदल किया है। एक और चीज दसो कि दो दो वजह की है जगह तो काफी माशाल्लाह। एक मुर्गे दे नाल दो या तीन छड़ी दी होनी है। अच्छा कि सलाम विच तो हुई चार जैद लैन दी फिर ता बाकी तीन कट देती है। ओ तीन लैदा रखियां लटदियां सी आपस विच ਬੰਦਾ ਵਿੱਚ ਕੋਲ ਗਿਆ ਉਹ ਦੇਖ ਲਓ ਉਹਦੀ ਹਾਲਤ ਤੇ ਇਹਦਾ ਰੇਟ ਵਗੈਰਾ ਕੋਈ ਹੁੰਦਾ ਵੀ ਕੀਮਤ ਹੈ ਜੀ ਕਿੰਨੀ ਕੁ ਹੁੰਦੀ 30 ਤੋਂ ਵੱਧ ਹੀ ਆ ਜੀ 30,000 ਤੋਂ ਸਾਰੇ 30,000 ਤੋਂ ਮੈਂ ਕਿਹਾ 3300 ਤੋਂ ਠੀਕ ਹੈ ਆਜ ਨੇ ਤੁਹਾਨੂੰ ਦਿਖਾਉਂਦੇ ਆ ਅਸਲਾਮ ਅਲੈਕਮ ਜੀ ਵਾਲੇਕਮ ਕੀ ਨਾਮ ਜੀ ਮੇਰਾ ਤਾਰਕ ਜੀ ਤਾਰਕ ਭਾਈ ਅੱਛਾ ਤੇ ਤਾਰਕ ਭਾਈ ਜਰਾ ਕਿ ਸਾਨੂੰ ਵਿਜ਼ਿਟ ਤੇ ਕਰਾਓ ਆਪਣੇ ਸ਼ਰਟ ਦਾ ਤੇ ਇਹ ਤੁਸੀਂ ਪਹਿਲੇ ਇਹ ਦੱਸੋ ਕਿ ਸ਼ੌਕ ਨਾਲ ਹੀ ਇਹ ਪਾਲੀਆਂ ਹੁੰਦੀਆਂ ਵੇ ਕਿ ਸੇਲ ਵਗੈਰਾ ਵੀ ਕਰਦੇ ਹੋ ਬੱਕਰੀ ਇਹ ਜਿਹੜੀਆਂ ਜਿਹੜੀਆਂ ਬਿੱਲੀਆਂ ਅੱਖਾਂ ਹੁੰਦੀਆਂ ਨਾ ਬੱਕਰੀਆਂ ਇਹ ਹੁੰਦੀਆਂ ਅੰਮ੍ਰਿਤਸਰ ਦੀਆਂ। ਅੱਛਾ ਅੱਛਾ ਦੇਸੀ ਬੱਕਰੀ ਸਹੀ ਸਹੀ ਤੇ ਇਹਦਾ ਇੱਕ ਹੋਰ ਇਹਦੀ ਵੈਸੇ ਕੀਮਤ ਕਿੰਨੀ ਕੁ ਇੱਕ ਮਸਾਲ ਕੋਈ ਲੈਣ ਆਵੇ ਤੇ ਤੁਸੀਂ ਕਿੰਨੇ ਕੁ ਦਾ ਸੇਲ ਕਰਦੇ ਇਹ ਕਰ ਦਾਂਗੇ 1.5 ਲੱਖ ਦਾ ਇਹ ਵਾਲਾ ਤੇ ਇਹਨੂੰ ਖਵਾਉਂਦੇ ਕੁਛ ਨਹੀਂ ਹੱਡੀਆਂ ਨਜ਼ਰ ਆ ਰਹੀਆਂ ਕਿ ਉਹਦੀ ਵਜ੍ਹਾ ਨਾਲ ਅੱਛਾ ਬਿਮਾਰੀ ਹੋ ਗਈ ਨਾ ਉਹ ਦੇਖ ਲਓ ਨਾ ਕਮਜ਼ੋਰ ਲੱਗ ਰਿਹਾ ਤੇ ਹੁਣ ਠੀਕ ਹੈ ਹਾਂਜੀ ਹੁਣ ਠੀਕ ਹੈ ਠੀਕ ਹੋ ਗਿਆ ਜੀ ਤੇ डोगर साहब हूँ तुम उधर भी विजिट सानू कराओ ए की वजह वे कि ए तुसी बटवारा कीता वे अलहदा बाड़ा बनाया अलहदा बाड़ा कीता उहदी की वजह जानवर ही अलहदा किस्म दे आ जी बकरियां दा अलहदा कट्टियां दा अलहदा कुत्तियां दा अलहदा ठीक है सानू उधर भी विजिट कराओ जी। अच्छा तो डोगर भाई दसो कि सारे ये जानवर छोटे है इन्हां नू अलहदा रख्या हुंदा हां जी ए यानी जिहड़ी माइस हुंदी ना ओले यानी बच्चियां नू दुध सारे दुध पींदे फिलहाल ए मां दा दुध पींदे हां जी मां दा ही ਤੇ ਕਿ ਫਿਰ ਕੱਲੇ ਕੱਲੇ ਲੈ ਕੇ ਜਾਂਦੇ ਹੋ ਕਿੱਥੇ ਹੀ ਇਹਨੂੰ ਛੱਡ ਦਿੰਦੇ ਜੇ ਇਕੱਠੇ ਛੱਡ ਦਿੱਤੇ ਤੇ ਪਤਾ ਹੀ ਨਹੀਂ ਲੱਗਣਾ ਜੀ ਕਿਹਨੂੰ ਫੜੀਏ ਕਿਹਨੂੰ ਨਹੀਂ ਅੱਛਾ ਇਹ ਲੈਦਾ ਉਹਨੂੰ ਲੈ ਕੇ ਜਾਈਦਾ। ਅੱਛਾ ਕੱਲੇ ਕੱਲੇ ਨੂੰ ਲੈ ਕੇ ਡਿਊਟੀ ਇਹ ਹੁੰਦੀ ਹੈ ਕਿ ਲੈਦਾ ਇੱਕ ਨੂੰ ਪਹਿਲੇ ਇੱਕ ਨੂੰ ਦੁੱਧ ਪਿਆ ਫਿਰ ਦੂਜੇ ਨੂੰ ਤੇ ਉਹ ਜਦੋਂ ਜਿਹਨੂੰ ਦੁੱਧ ਪਿਲਾਉਣਾ ਉਹਦੀ ਮਾਂ ਚ ਪਿਲਾਉਣੀ ਦੁੱਧ। ਅੱਛਾ ਜੀ ਹਾਂਜੀ ਤੇ ਕੋਈ ਮਿਸ ਹੋ ਜਾਵੇ ਤੇ ਮਿਸ ਨਹੀਂ ਹੁੰਦੇ ਸਾਰੇ ਅਲਹਮਦੁਲਿਲਾ ਨਾਮ ਰੱਖੇ ਇਹਨਾਂ ਦੇ ਮੁਲਾਜ਼ਮਾਂ ਨੇ ਨਾਮ ਰੱਖੇ ਆ ਲਾ ਲੋ ਤੇ ਇਹ ਗੱਲ ਮੰਨਦੇ ਵੀ ਵੈਸੇ ਹਾਂਜੀ ਵਾਜ਼ਾਂ ਦੇ ਯਾਨੀ ਨਾਮ ਜਿਹੜੇ ਬੁਲਾਉਂਦੇ ਨਾ ਉਹਨਾਂ ਤੇ ਆਏ ਜੀ ਉਹਨਾਂ ਤੇ ਆਏ ਹਾਂਜੀ ਕਿ ਮਾਸ਼ਾਅੱਲਾ ਰੱਬ ਨੇ ਇਹਨਾਂ ਨੂੰ ਇੰਨਾ ਕੁਝ ਦਿੱਤਾ ਹੁੰਦਾ ਸ਼ੌਰ ਵਗੈਰਾ ਵੈਸੇ ਇਹਨਾਂ 'ਚ ਸ਼ੌਰ ਹੁੰਦਾ ਨਹੀਂ ਮੱਝਾਂ 'ਚ ਤੇ ਪਾਲੇ ਥੋੜਾ ਜਿਹਾ ਪਰ ਸਮਝ ਬੂਝ ਜੇ ਥੋੜਾ ਬੂਝ ਜਾਂਦੀ ਠੀਕ ਹੋ ਗਿਆ ਜੀ ਹਾਂ ਤੇ ਹੋਰ ਇੱਧਰ ਅੱਗੇ ਦਿਖਾਓ ਤੇ ਡੋਗਰ ਭਾਈ ਹੋਰ ਤੁਹਾਨੂੰ ਜਰਾ ਕਹਤਾ ਤਫਸੀਲ ਦੱਸੋ ਇੱਧਰ ਬਾਕੀ ਆ ਤੁਹਾਨੂੰ ਦੱਸਣਗੇ ਮੇਰੇ ਛੋਟੇ ਬਾਬੂ ਜੀ ਅਸਲਾਮ ਅਲੈਕਮ ਵਾਲੇਕਮ ਸਲਾਮ ਕੀ ਨਾਮ ਭਾਈ ਅਹਿਮਦ ਹਸਨ ਬੋਲ ਅਹਿਮਦ ਭਾਈ ਜਰਾ ਕਿ ਸਾਨੂੰ ਜਰਾ ਕ ਵਿਜ਼ਿਟ ਤੇ ਕਰਾਓ ਜਰਾ ਕ ਆਪਣੇ ਬਾਰੇ ਹੁਕਮ ਕਰੋ ਕਿੰਨਾ ਇਹ ਜੀ ਇੱਕ ਚੀਜ਼ ਸਾਨੂੰ ਦੱਸੋ ਕਿ ਤੁਸੀਂ ਸੇਲ ਵੀ ਕਰਦੇ ਹੋ ਕਿ ਸਿਰਫ ਦੁੱਧ ਵਗੈਰਾ ਵਾਸਤੇ ਹੀ ਨਹੀਂ ਇਹ ਸਾਡਾ ਦੁੱਧ ਵਾਸਤੇ ਹੈ ਜੀ ਇਹ ਦੁੱਧ ਵਾਸਤੇ ਹਾਂਜੀ ਹੈ ਕਿ ਸੇਲ ਨਹੀਂ ਹੈ ਗਮ ਵਗੈਰਾ ਇਹ ਮੱਝਾਂ ਦੀ ਨਹੀਂ ਵਿੱਚ ਕਰਦੀ ਦੀ ਸੇਲ ਜੀ ਬਾਈ ਆਈ ਚਲਾਈ ਚ ਰਹਿੰਦਾ ਵਿੱਚ ਕੋਈ ਲੈ ਲੈਂਦਾ ਜਿਹੜੀ ਜਿਹੜੀ ਡੈਡ ਹੋ ਜਾਵੇ ਜਿਹੜੀ ਕਿ ਦੁੱਧ ਘੱਟ ਹਾਂਜੀ ਉਹ ਸੇਲ ਕਰਦੀ ਦੀ ਨਵਾਂ ਲਈ ਤਾਂ ਮੱਝ ਹਾਂਜੀ ਤੇ ਮਾਸ਼ਾਅੱਲਾ ਮੈਨੂੰ ਲੱਗਦਾ ਕਿ ਕਾਫੀ ਤੁਹਾਡਾ ਦੁੱਧ ਦਾ ਰੋਜ਼ ਦਾ ਕਿੰਨਾ ਕੁ ਮਨ ਦੁੱਧ ਤੁਹਾਡਾ ਸਾਡੇ ਕੋਲ ਇਸ ਟਾਈਮ ਤਾਂ ਹੈਗਾ ਜੀ 6 ਕੁ ਮਨ ਦੁੱਧ ਦਾ ਜੇ ਰੋਜ਼ ਦਾ 6 ਕੁ ਮਨ ਸੁਬਾ ਸ਼ਾਮ ਹਾਂਜੀ ਤੇ ਜੇ ਅੱਗੇ ਸਾਨੂੰ ਵਿਜ਼ਿਟ ਵੀ ਕਰਾਓ ਆਪਣੇ ਜਾਨਵਰਾਂ ਦਾ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਕੁ ਦੁੱਧ ਇੱਕ ਜਿਹੜੀ ਮੱਝ ਤੁਹਾਨੂੰ ਦਿੰਦੀ ਹੈ ਇਸ ਟਾਈਮ ਤੇ ਜੀ ਗਰਮੀ ਹੈਗੀ ਆ ਵਿੱਚ ਚੰਦ ਮੱਝਾਂ ਜਿਹੜੀਆਂ ਯਾਨੀ ਕਿ 14 15 ਤੇ ਆ ਬਾਕੀ 10 12 ਕਿਲੋ ਆ ਠੀਕ ਹੈ ਇਹੀ ਕੁਛ ਆ ਇਹ ਇੱਕ ਇੱਕ ਟਾਈਮ ਦਾ ਹੁੰਦਾ ਵੇ ਕਿ ਦੋ ਟਾਈਮ ਦੋ ਟਾਈਮ ਦਾ ਹੁੰਦਾ ਇੱਕ ਟਾਈਮ 6 ਤੋਂ 7 ਕਿਲੋ ਮੱਝ ਜਿਹੜਾ ਦੁੱਧ ਹੈ ਬਹੁਤ ਜ਼ਿਆਦਾ ਵਾ ਦੁੱਧ ਤੇ ਉਹ ਮਾਸ਼ਾਅੱਲਾ ਵੀ ਤੇ ਹੁੰਦਾ ਨਾ ਖਿਦਮਤ ਵੀ ਤੇ ਫਿਰ ਉਸ ਹਿਸਾਬ ਨਾਲ ਕਿ ਖਿਦਮਤ ਵੀ ਤੁਸੀਂ ਕਰ ਰਹੇ ਜੀ ਲੇਕਿਨ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਗਰਮੀ ਦੀ ਵਜ੍ਹਾ ਤੋਂ ਘੱਟ ਹੁੰਦੀ ਹੈ ਠੀਕ ਹੈ ਯਾਰ ਤੇ ਬਾਕੀ ਆ ਮਾਸ਼ਾਅੱਲਾ ਕਿੰਨੀਆਂ ਕੁ ਆਪਣੇ ਕੋਲ ਐਵੇਂ ਜਾਨਵਰ ਇਸ ਟਾਈਮ ਸਾਡੇ ਕੋਲ 40 ਹੈ ਜੀ ਗਾਵਾਂ ਮੱਝਾਂ ਪਾ ਕੇ ਨਾ 11 ਗਾਵਾਂ ਬਾਕੀ ਮੱਝਾਂ ਵਾਂਗੇ 40 ਜਾਨਵਰ ਤੇ ਗੁੱਜੇ ਸਾਹਿਬ ਤੁਸੀਂ ਦੁੱਧ ਲੈ ਗਿਆ
डोगर भाई ने दिखाए थी कबूतर रखे बाजी वगैरह बाजिया भी खेडी दी बाकी कोई यार दोस्त आज दे दी तोहफा तोहफा कोई सानू दे देंदा तोहफा कोई असी दे देंदा किसे नू ठीक हो किस टाइम असी मंगे वैसे तुसी सानू भी तोहफा बिल्कुल हाजिर आ जी जिन्ने दा घर देण करे ते बाकी एक होर तुहाडे कोल इक चीज पुछी सी कि महंगे तो महंगा तुहाडे कोल किन्ने क दा कबूतर है ऊपर कबूतर फिलहाल ते इस टाइम एक बंदे कोल लै आंदे असी बच्चे मुल ते ओह 1500 रुपए दा इक लैंदा सही बाकी मैं एक चीज देखी कि जेडे बाजियां लगाने कबूतर ते लखां रुपया उहनां दा रेट हुंदा ए वी कोई है बाकी ਸਾਡੇ ਕੋਲ ਨਹੀਂ ਆਏ ਐਵੇਂ ਅਸੀਂ ਕਹੀਏ ਲੱਖ ਦਾ ਲਿਆਂਦਾ ਸਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਮਹਿੰਗਾ 3000 ਦਾ ਲਿਆ ਮੈਂ ਬਾਕੀ ਪਰਵਾਜ ਜਿਹੜੀ 3000 ਵਾਲਿਆਂ ਨੇ ਵੀ ਸ਼ਾਮ ਤੱਕ ਕੀਤੀ ਆ ਉਹ 700 ਵਾਲੇ ਨੇ ਵੀ ਕੀਤੀ ਆ 200 ਵਾਲੇ ਨੇ ਵੀ ਕੀਤੀ ਮਾਸ਼ਾਅੱਲਾ ਕਿੰਨੀਆਂ ਕੁ ਬਾਜ਼ੀਆਂ ਜਿੱਤੇ ਆ ਤਕਰੀਬਨ ਹਰ ਸੀਜ਼ਨ 'ਚ ਖੇਡੀ ਦੀ ਜਿੱਤ ਲਈ ਦੀ ਆ ਹਾਂਜੀ ਤੇ ਇੱਕ ਦੋ ਹੀ ਬਾਜ਼ੀ ਹੁੰਦੀ ਹੈ ਕਿ ਕਾਫੀ ਪਿਛਲੇ ਸੀਜ਼ਨ 'ਚ ਸੀਗੀਆਂ ਸਾਡੀਆਂ 5 ਲੈਦਾ ਬਾਜ਼ੀਆਂ ਸੀ 1 ਲੈਦਾ ਬਸੇਗੀ ਥੋੜ੍ਹੀ 1 ਸੀਗੀ ਅਸੀਂ ਹਾਰ ਗਏ 5 ਜਿੱਤ ਗਏ ਸੀ ਹਾਂਜੀ ਗੁਜਰ ਭਾਈ ਨੂੰ ਲੈ ਕੇ ਜਾਂਦੇ ਉਹਦੇ ਨਾਲ ਤੁਸੀਂ ਬਾਜ਼ੀਆਂ ਨਹੀਂ ਜੀ ਇਹ ਕਬੂਤਰ ਬਾਜ਼ ਨਹੀਂ ਹੈਗੇ ਅੱਛਾ ਤੇ ਸਿਰਫ ਦੁੱਧ ਰੰਗ ਰੰਗ ਬਾਜ਼ ਅੱਛਾ ਤੇ ਨਾਜ਼ਰੀਨ ਹੁਣ ਤੁਸੀਂ ਜਰਾ ਕਿ ਥੋੜਾ ਇਧਰ ਹੀ ਵਿਜ਼ਿਟ ਕਰੋ ਕਿ ਦੁੱਧ ਦਾ ਮਾਸ਼ਾਅੱਲਾ ਤੁਹਾਡਾ ਬੜਾ ਹੈ ਤੇ ਦੁੱਧ ਦਾ ਕੀ ਹੈ ਬਿਲਕੁਲ ਖਾਲਸ ਪਿਓਰ ਖਾਲਸ ਹੁੰਦਾ ਵੇ ਸਾਡੇ ਕੋਲ ਤੇ ਖਾਲਸ ਹੀ ਆ ਬਾਕੀ ਅੱਗੇ ਸਾਡੇ ਕੋਲ प्रोग्राम देखिया ते बाकी तुसी ना जिहड़ियां ओह वालियां वे मझां हुण मैं तुहाडे कोल कल कट के तां सानूं ओह वी दिखा देवो ਇਹ ਐ ਐ ਤੁਸੀਂ ਵੇਚਣ ਵਾਸਤੇ ਹੁੰਦੀ ਆ ਕਿ ਤੁਸੀਂ ਇਹ ਤੇ ਬੱਚੇ ਆ ਜੀ ਸਾਡੇ ਕੋਲ ਅੱਛਾ ਇਹ ਤੇ ਸੇਲ ਕਰੀਦੇ ਆ ਅੱਛਾ ਇਹ ਕਿੰਨੇ ਕੁ ਵੇਚੇ ਤੁਸੀਂ ਬੱਚੇ ਰੱਖਦੇ ਹੋ ਯਾਰ ਕੀ ਸਾਡੇ ਕੋਲ ਤੁਸੀਂ ਕਿ 2-1 ਸੰਡਾ ਸੀਗਾ ਸਹੀ ਸਹੀ ਤੇ ਇਹ ਸੇਲ ਕੀਤੇ ਸੀ ਕਿ ਜ਼ਿਆਦਾ ਨਹੀਂ ਤੁਸੀਂ ਕੋਈ 2-4 ਹੀ ਨਹੀਂ ਅਸੀਂ ਘਰ ਦੇ ਬੱਚੇ ਜਿਹੜੇ ਹੁੰਦੇ ਆ 1-2 ਲਈਦੇ ਬਾਹਰੋਂ ਜ਼ਿਆਦਾ ਨਹੀਂ ਬਾਕੀ ਘਰ ਦੇ ਹੀ ਪਾਲੀ ਯਾਰ ਅਸੀਂ ਇਹ ਕਿ ਨਿਆਮੋਆਂ ਨੇ ਮੰਡੀ ਕਾਫੀ ਪ੍ਰੋਗਰਾਮ ਕੀਤੇ ਜਾ ਕੇ ਤੇ ਬੜਾ ਬੜਾ ਮਹਿੰਗਾ ਵੇ 25-25 ਲੱਖ 20-20 ਲੱਖ ਮੰਗਣ ਨੂੰ ਮੰਗੀ ਜਾਂਦੇ ਜੀ ਬਾਕੀ ਗੱਲ ਆ ਵੀ ਇੰਨਾ ਬੱਚਾ ਅਫੋਰਡ ਨਹੀਂ ਨਾ ਕਰ ਸਕਦਾ ਹਰ ਬੰਦਾ ਤੇ ਨਹੀਂ ਨਾ ਕਰ ਸਕਦਾ ਹਰ ਬੰਦਾ ਨਹੀਂ ਤੇ ਕੋਈ ਹੁੰਦਾ ਵੀ ਕੋਈ ਹਰ ਬੰਦਾ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ 1.5 ਲੱਖ ਤੱਕ ਜਾ ਸਕਦਾ ਉਹ ਵੀ ਵੈਸੇ ਉਹ ਜਿਹੜੀ ਹੁਣ ਜਿਸਾ ਚੋਲਸਤਾਨੀ ਨਸਲ ਵਗੈਰਾ ਇਹ ਉਹ ਕਹਿੰਦੇ ਸੀ ਕਿ ਬਹੁਤ ਜ਼ਿਆਦਾ ਮਹਿੰਗੀ ਵੀ ਤੇ ਖੂਬਸੂਰਤ ਵੀ ਹੁੰਦੀ ਹੈ ਖੂਬਸੂਰਤੀ ਤਾਂ ਈਦ ਦੇ ਵਿੱਚ ਤਾਂ ਖੂਬਸੂਰਤੀ ਮੇ ਵਿਕਦੀ ਹੈ ਜੀ ਪੈਸਾ ਵਾਕਈ ਖੂਬਸੂਰਤੀ ਤੇ ਜਾਂਦਾ ਲੇਕਿਨ ਗੱਲ ਪੈਸਾ ਮੰਗਣ ਹਰ ਬੰਦਾ ਮੰਗੀ ਜਾਂਦਾ ਹੁਣ ਕੋਈ 1 ਲੱਖ ਰੁਪਏ ਦਾ ਬੱਕਰਾ ਮੰਗਦਾ ਹੁੰਦਾ 40,000 ਦਾ ਮੰਗੀ ਜਾਂਦੇ ਈਦਾਂ ਕਰਕੇ ਤੁਸੀਂ ਯਕੀਨ ਨਹੀਂ ਕਰਨਾ ਅਸੀਂ 5-5, 10-10 ਲੱਖ ਦੀ ਜੋੜੀ ਦੇਖੀ ਹੈਗੀ ਹੈ ਜੀ ਬਿਲਕੁਲ ਮੰਗਦੇ ਆ ਤੁਹਾਨੂੰ ਦੱਸਿਆ ਮੰਗਦੇ ਲੇਕਿਨ ਨਹੀਂ ਸੇਲ ਹੁੰਦੀਆਂ ਡਿੱਗਦੇ ਵੀ ਫਿਰ ਉਸ ਤਰ੍ਹਾਂ ਹੀ ਰੇਟ ਇਸ ਟਾਈਮ ਉਹ ਬਾਅਦ 'ਚ ਹੋਈ ਸੀ ਡਾਊਨ ਮੰਡੀ ਬਹੁਤ ਜ਼ਿਆਦਾ ਹੋ ਗਈ ਸੀ ਡਾਊਨ ਅਤੇ ਜਾਣੀ ਕਿ 1.25 ਲੱਖ ਦਾ ਜਿਹੜਾ ਨਾ ਉਹ ਬਾਅਦ 'ਚ 90-95,000 ਦਾ ਵੀ ਆ ਗਿਆ ਮੰਗਣ ਨੂੰ ਹਰ ਬੰਦਾ ਮੰਗੀ ਹੀ ਜਾਂਦਾ ਜੀ ਕੋਸ਼ਿਸ਼ ਹੁੰਦੀ ਹਰ ਬੰਦੇ ਦੀ ਵੱਧ ਤੋਂ ਵੱਧ ਮਿਲ ਹੀ ਜਾਣ ਮੰਗਣਾ ਕਿਹੜਾ ਮੂੰਹ ਕਿਸੇ ਦਾ ਫੜਨਾ ਸਾਡੇ ਕੋਲ ਬੱਚੇ ਆ ਜੀ ਈਦ ਤੇ ਹੁੰਦੇ ਹੁਣ ਅੱਗੇ ਵੀ ਆਓ ਡੋਗਰ ਭਾਈ ਅਤੇ ਇਹ ਹੁਣ ਇੱਕ ਮਿਸਾਲ ਹੈ ਇਹ ਕਿਹੜਾ ਦੇਸੀ ਹੈ ਨਸਲ ਇਹ ਵਲੈਤੀ ਹੈ ਜੀ ਅੱਛਾ ਇਹ ਵਲੈਤੀ ਸਾਡੇ ਕੋਲ ਵਲੈਤੀ ਹੈ ਸਾਰੇ ਠੀਕ ਹੈ ਅਤੇ ਇਹ ਵੈਸੇ ਤੁਸੀਂ ਤਿਆਰ ਹੋ ਜਾਣਾ ਵੀ ਕਿ ਅੰਦਾਜ਼ਾ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਦਾ ਸਾਡਾ ਇਸ ਟਾਈਮ ਤਾਂ ਅੰਦਾਜ਼ਾ ਜੇ ਹਿਸਾਬ ਨਾਲ ਇਹ ਹਜੇ ਬੱਚਾ ਵਾ ਖੀਰਾ ਦੰਦਾ ਦੋ ਦਿਨ ਨਹੀਂ ਛੱਡਿਆ ਇਹਨੇ ਠੀਕ ਹੈ ਸਾਡਾ ਅੰਦਾਜ਼ਾ 4-4 ਲੱਖ ਰੁਪਏ ਦਾ ਅਸੀਂ ਸੇਲ ਕਰ ਸਕਦੇ ਹਾਂ ਸੇਲ ਕਰ ਸਕਦੇ ਜਦੋਂ ਤਿਆਰ ਹੋਏਗਾ ਉਹ ਉਦੋਂ ਬੇਸਿਕਲੀ ਦੋਂਦਾ ਦੋਂਦਾ ਕਿਉਂਕਿ ਕਦ ਕਾਰਡ ਵੀ ਮਾਸ਼ਾਅੱਲਾ ਦਾ ਨਾ 16-17 ਮਹੀਨਿਆਂ ਦਾ ਜੀ
ਅੱਛਾ ਸੂਰਜ ਦਾ ਤੇ ਜਦੋਂ ਤਿਆਰ ਹੋ ਜਾਂਦਾ ਕਿੰਨੇ ਕੁ ਵਜ਼ਨ ਵੈਸੇ ਹੋ ਜਾਂਦਾ ਵਜ਼ਨ ਸਾਡਾ ਆਈਡੀਆ ਹੈਗਾ ਜੀ ਇਹਦਾ 14 ਤੋਂ 15 ਮਣ ਤਕਰੀਬਨ ਕੁਛ ਠੀਕ ਆ ਤਾਂ ਕਲਰ ਵੀ ਅੱਛਾ ਵਾ ਕਿਉਂਕਿ ਬੱਚਾ ਕੱਦ ਵੀ ਵੱਡਾ ਵਾ ਤੇ ਡੋਗਰ ਭਈਆ ਉਹ ਜਰਾ ਸਾਨੂੰ ਵਿਜ਼ਿਟ ਵੀ ਕਰਾਓ ਮਾਸ਼ਾਅੱਲਾ ਤੁਸੀਂ ਇਹ ਘੋੜੀਆਂ ਵੀ ਰੱਖੀਆਂ ਹੋਈਆਂ ਹਾਂਜੀ ਕੀ ਵਜ੍ਹਾ ਸ਼ੌਕ ਹੈ ਜੀ ਅੱਛਾ ਸ਼ੌਕ ਹਾਂਜੀ ਤੇ ਕਿੰਨਾ ਕਰਸਾ ਹੋ ਗਿਆ ਇਹ ਸਾਡੇ ਕੋਲ 8-9 ਸਾਲ ਹੋ ਗਏ ਘੋੜੀ ਨੂੰ ਤੇ ਦੇਖਭਾਲ ਕੌਣ ਕਰਦੇ ਇਹ ਮੈਂ ਵੀ ਕਰਦਾ ਵਾਂ ਮੁਲਾਜ਼ਮ ਵੀ ਵਿੱਚ ਹੀ ਯਾਨੀ ਮਾਮੂ ਹੁਣੀ ਸਾਰੇ ਤੇ ਇਹ ਬਾਬਾ ਜੀ ਦਾ ਬਹੁਤ ਤਜਰਬਾ ਵਾ ਅੱਛਾ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਬਾਬਾ ਜੀ ਕੀ ਨਾਮ ਤੁਹਾਡਾ ਮੁਹੰਮਦ ਅਸ਼ਰਫ ਮੁਹੰਮਦ ਅਸ਼ਰਫ ਤੇ ਤੁਸੀਂ ਜ਼ਰਾ ਕਿ ਸਾਨੂੰ ਥੋੜ੍ਹਾ ਕੁ ਤਫਸੀਲ ਦੱਸੋ ਕਿ ਤੁਹਾਨੂੰ ਕੀ ਸ਼ੌਕ ਵੀ ਕਿ ਸ਼ੌਕ ਅਸੀਂ ਨਾ ਸ਼ੁਰੂ ਤੋਂ ਘੋੜੇ ਰੱਖੇ ਨੇ ਡੋਗਰ ਭਾਈ ਤੁਸੀਂ ਵੀ ਦੱਸੋ ਕਿ ਤੁਸੀਂ ਇਹ ਘੁੰਗਰੂ ਵਗੈਰਾ ਵੀ ਇਹ ਰੱਖੇ ਹੋਏ ਨੇ ਦੇਖੋ ਕੀ ਹੈ ਇਹ ਖਡਾਉਂਦੇ ਨਹੀਂ ਨਹੀਂ ਇਹ ਆਂਦੇ ਨਾ ਕੋਲਾ ਤਗੜਾ ਨੇ ਆਪਣੇ ਸ਼ੌਕ ਨੂੰ ਰੱਖੀ ਨਹੀਂ ਤੇ ਘੁੰਗਰੂ ਵਗੈਰਾ ਤੁਸੀਂ ਵਛੇਰਾ ਨੀ ਤਗੜਾ ਅੱਛਾ ਜਰਾ ਪੈਰਾਂ ਨੂੰ ਪਾ ਕੇ ਜਰਾ ਬਿਮਾਰ ਬਿਮਾਰ ਠੀਕ ਹੋ ਗਿਆ ਨਾਜ਼ਰੀਨ ਤੁਸੀਂ ਸਾਡਾ ਪ੍ਰੋਗਰਾਮ ਦੇਖਿਆ ਵੇ ਅਤੇ ਡੋਗਰਾਂ ਦਾ ਡੇਰਾ ਹੈ ਤੋਂ ਮਸ਼ਹੂਰ ਨੇ ਆ ਆਪਣੇ ਪਿੰਡ ਦੇ ਵਿੱਚ ਹਾਂਜੀ ਬੱਤੀ ਬਾਵਿਆਂ ਵਾਲੀ ਅੱਛਾ ਬੱਤੀ ਬਾਵਿਆਂ ਵਾਲੀ ਬਿਲਕੁਲ ਜੀ ਬੱਤੀ ਬਾਵਿਆਂ 232 ਬਾਵਿਆਂ ਵਾਲੀ ਅਤੇ ਆਪਣੇ ਪਿੰਡ 'ਚ ਬੜੇ ਮਸ਼ਹੂਰ ਨੇ ਡੋਗਰਾਂ ਦਾ ਡੇਰਾ ਅਤੇ ਬਾਕੀ ਤੁਸੀਂ ਇਹ ਦੇਖ ਲਓ ਕਿ ਮਾਸ਼ਾਅੱਲਾ ਕਾਫੀ ਇਹਨਾਂ ਨੂੰ ਸ਼ੌਕ ਹੈ ਹਰ ਬੰਦੇ ਨੂੰ ਕੋਈ ਨਾ ਕੋਈ ਲਹਿਦਾ ਲਹਿਦਾ ਸ਼ੌਕ ਹੀ ਹੈ ਅਸੀਂ ਦੇਖਿਆ ਇਹਨਾਂ ਦੇ ਮਾਮੂ 3-4 ਮਾਮੂ ਵੀ ਨੇ ਉਹਨਾਂ ਨੂੰ ਵੀ ਸ਼ੌਕ ਹੈ ਕਿਸੇ ਨੂੰ ਕਬੂਤਰ ਬਾਜ਼ੀ ਦਾ ਅਤੇ ਕਿਸੇ ਨੂੰ ਕੁੱਕੜਾਂ ਦਾ ਵੇ ਅਤੇ ਬਾਕੀ ਆ ਕੇ ਅਸੀਂ ਫਿਰ ਇਨਸ਼ਾਅੱਲਾ ਗਾਏ ਬਗਾਏ ਚੱਕਰ ਲਗਾਵਾਂਗੇ ਇਹਨਾਂ ਕੋਲ ਕਿਉਂਕਿ ਅੱਜ ਇਹਨਾਂ ਦੀ ਘੋੜੀ ਵੀ ਕਹਿੰਦੇ ਆ ਬਿਮਾਰ ਵੇ ਅਤੇ ਵਰਨਾ ਕਿਉਂਕਿ ਇਹ ਘੁੰਗਰੂ ਪਾ ਕੇ ਡਾਂਸ ਵੀ ਕਰਦੇ ਹਾਂਜੀ ਉਹ ਥੋੜ੍ਹਾ ਮੋਟਾ ਕਿ ਬੰਦੇ ਵੀ ਕੋਈ ਰੱਖੇ ਹੋਏ ਨਾਲ ਨਹੀਂ ਬੰਦੇ ਅੱਛਾ ਬੰਦੇ ਨਹੀਂ ਰੱਖੇ ਪੁਰਾਣੇ ਜ਼ਮਾਨੇ 'ਚ ਕਰਦੀਆਂ ਰਹੀਆਂ ਬੁੱਢੀ ਠੀਕ ਹੋ ਗਿਆ ਅੱਛਾ ਤਾਂ ਲਾਜ਼ਮੀ ਜ਼ਿੰਦਗੀ ਨੇ ਵਫਾ ਕੀਤੇ ਦੁਬਾਰਾ ਮੁਲਾਕਾਤ ਹੋ ਗਈ ਅੱਲਾ ਹਾਫਿਜ਼ ਜੀ